ਜੀ ਅਸਲਾਮ ਵਾਲੇਕਮ ਜਨਾਬ, ਅੱਜ ਅਸੀਂ ਜਨਾਬ ਲਾਹੌਰ ਦੇ ਵਿੱਚ ਜਨਾਬ ਮਾਸ਼ਾਅੱਲਾ ਬਹੁਤ ਖੂਬਸੂਰਤ ਜਿਹੜੇ ਘੋੜੇ ਨੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਅਤੇ ਜਿੰਨੇ ਵੀ ਘੋੜੇ ਦਿਖਾ ਰਹੇ ਹਾਂ ਫੋਰ ਸੇਲ ਹੈ। ਮਾਸ਼ਾਅੱਲਾ ਬਹੁਤ ਖੂਬਸੂਰਤ ਘੋੜਾ ਹੈ, ਡਬਲ ਬਾਡੀ ਦਾ ਘੋੜਾ ਹੈਗਾ ਜੇ, ਹੱਥ ਪੈਰ ਬਿਲਕੁਲ ਸਾਫ਼ ਹੈਗੇ ਜੇ, ਔਰ ਪਿੰਡਾ ਵੀ ਮਾਸ਼ਾਅੱਲਾ, ਔਰ ਗਰਦਨ ਵੀ ਤੁਸੀਂ ਦੇਖ ਸਕਦੇ ਜੇ। ਘੋੜਾ ਤੁਹਾਨੂੰ ਮੈਂ ਮੁਕੰਮਲ ਤੌਰ ਦੇ ਉੱਤੇ ਦਿਖਾਉਣਾ, ਉਸ ਤੋਂ ਬਾਅਦ ਇਨਸ਼ਾਅੱਲਾ ਇਹਦੀ ਚਾਲ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਅਤੇ ਇਸ ਵੀਡੀਓ ਦੇ ਵਿੱਚ ਪਹਿਲੇ ਤੁਸੀਂ ਚੈੱਕ ਕਰੋ, ਕਨੌਤੀਆਂ ਤੁਸੀਂ ਦੇਖੋ ਘੋੜੇ ਦੀਆਂ ਇਹ ਵਾਲੇ। ਜਨਾਬ ਤੁਸੀਂ ਕਨੌਤੀਆਂ ਵੇਖੋ, ਮਾਸ਼ਾਅੱਲਾ ਬਹੁਤ ਖੂਬਸੂਰਤ ਚੀਜ਼ ਹੈਗੀ ਜੀ, ਔਰ ਕਲਰ ਮਾਸ਼ਾਅੱਲਾ ਬਹੁਤ ਖੂਬਸੂਰਤ ਹੈ। ਇਹ ਦੇਖੋ ਬਿਲਕੁਲ ਕਨੌਤੀਆਂ ਉੱਤੋਂ ਜਿਹੜੀਆਂ ਹੈਗੀਆਂ ਨੇ ਦੇਖੋ, ਔਰ ਗਰਦਨ ਵਗੈਰਾ ਔਰ ਪੂਰੇ ਪੈਰ ਵਗੈਰਾ ਤੁਸੀਂ ਦੇਖੋ, ਮਾਸ਼ਾਅੱਲਾ ਬਹੁਤ ਖੂਬਸੂਰਤ ਚੀਜ਼ ਹੈਗੀ ਜੇ। ਸੀਨਾ ਸੂਨਾ ਤੁਸੀਂ ਵੇਖੋ, ਬਹੁਤ ਖੂਬਸੂਰਤ ਹੈ। ਔਰ ਇਹ ਜਨਾਬ ਸਵਾਰੀ ਵਾਸਤੇ ਜਿਹੜਾ ਨਾ ਮਾਸ਼ਾਅੱਲਾ ਬਹੁਤ ਅੱਛਾ ਹੈਗਾ ਜੇ। ਔਰ ਵੱਡੀ ਗੱਲ ਹੈਗੀ ਕਿ ਸੀਲ ਹੈਗਾ, ਅਸੀਲ ਸਾਹੂ ਹੈਗਾ, ਅਤੇ ਮਾਸ਼ਾਅੱਲਾ ਅਗਰ ਕੋਈ ਸਵਾਰੀ ਵਾਲਾ ਕੋਈ ਦੋਸਤ ਜਿਹੜਾ ਕੋਈ ਸ਼ੌਕ ਕਰਨ ਵਾਲਾ ਜਨਾਬ ਲੈਣਾ ਚਾਹੁੰਦਾ ਹੋਵੇ, ਅਤੇ ਜਨਾਬ ਇਹ ਫੋਰ ਸੇਲ ਵੀ ਹੈ। ਪਿੱਛੇ ਅਗਰ ਤੁਸੀਂ ਉਹਦੀ ਕੁਸ਼ਲ ਤੁਸੀਂ ਦੇਖੋਗੇ ਤਾਂ ਕਾਫੀ ਲੰਬੀ ਹੁਣ ਘੋੜਾ ਤੁਹਾਨੂੰ ਅਸੀਂ ਚਲਾ ਕੇ ਦਿਖਾਉਂਦੇ ਹਾਂ। ਜਦੋਂ ਚੱਲਦਾ ਤਾਂ ਬਿਲਕੁਲ ਗਰਦਨ ਉੱਤੇ ਰੱਖ ਕੇ, ਅਤੇ ਉਹ ਜਿਹੜਾ ਇਹਦਾ ਸਟਾਈਲ ਹੈਗਾ ਘੋੜੇ ਦਾ, ਔਰ ਤੁਹਾਨੂੰ ਅਗਰ ਇਹਦਾ ਤੁਸੀਂ ਉੱਤੇ ਵੀ ਸਵਾਰੀ ਤੁਹਾਨੂੰ ਦਿਖਾਵਾਂਗੇ ਤਾਂ ਮਜ਼ਾ ਆਏਗਾ। ਬਹੁਤ ਖੁੱਲ੍ਹੇ ਪੈਰਾਂ ਦਾ ਘੋੜਾ ਹੈਗਾ, ਯਾਨੀ ਖੁੱਲ੍ਹਾ ਟੁਰਦਾ, ਘੁੱਟ ਕੇ ਨਹੀਂ ਟੁਰਦਾ, ਅਤੇ ਮਾਸ਼ਾਅੱਲਾ ਬਹੁਤ ਖੂਬਸੂਰਤ ਚੀਜ਼ ਹੈਗੀ ਹੈ ਜੀ। ਅਤੇ ਇਹ ਫੋਰ ਸੇਲ ਹੈ, ਅਤੇ ਹਕਮਤੁੱਲਾ ਬਾਈ ਦੇ ਕੋਲ ਜਾਨਵਰ ਹੈਗੇ ਨੇ ਜਿੰਨੇ ਵੀ ਅਸੀਂ ਤੁਹਾਨੂੰ ਦਿਖਾ ਦਿੱਤੇ ਨੇ। ਇਹ ਦੇਖੋ ਪੈਰ ਬਿਲਕੁਲ ਅੱਗੇ ਰੱਖ ਕੇ ਔਰ ਥੱਲੋਂ ਘੋੜਾ ਖੁੱਲ੍ਹਾ ਹੈਗਾ। ਅਤੇ ਇਹ ਜਨਾਬ ਘੋੜਾ ਅਗਰ ਕਿਸੇ ਦੋਸਤ ਨੇ ਲੈਣਾ ਹੋਵੇ, ਸ਼ੌਕ ਵਾਸਤੇ ਲੈਣਾ ਹੋਵੇ, ਜਨਾਬ ਇਹ ਘੋੜਾ ਹਕਮਤ ਕੋਲ, ਅਤੇ ਹਕਮਤ ਦੇ ਨੰਬਰ ਜਿਹੜਾ ਜੀ ਅਸੀਂ ਇਨਸ਼ਾਅੱਲਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿਖ ਦੇਵਾਂਗੇ। ਅਤੇ ਪਹਿਲੇ ਵੀ ਮਾਸ਼ਾਅੱਲਾ ਕੋਈ ਇਹ ਨਹੀਂ ਹੈਗਾ ਕਿ ਲੋਕਾਂ ਨੂੰ ਪਤਾ ਨਹੀਂ ਹੈਗਾ, ਮਾਸ਼ਾਅੱਲਾ ਲੋਕਾਂ ਨੂੰ ਪਤਾ ਹਕਮਤ ਦਾ। ਅਤੇ ਹਕਮਤ ਦਾ ਨੰਬਰ ਵੀ ਜੇਕਰ ਤੁਹਾਡੇ ਕੋਲ ਨਹੀਂ ਤਾਂ ਡਿਸਕ੍ਰਿਪਸ਼ਨ 'ਚੋਂ ਤੁਸੀਂ ਲੈ ਲਿਆ ਜੇ, ਰਾਬਤਾ ਕਰੋਗੇ ਤਾਂ ਇਨਸ਼ਾਅੱਲਾ ਇਹਦੀ ਪ੍ਰਾਈਜ਼ ਵਗੈਰਾ ਵੀ ਇਨਸ਼ਾਅੱਲਾ ਤੁਹਾਨੂੰ ਪਤਾ ਲੱਗ ਜਾਏਗੀ। ਵੀਡੀਓ ਦੇ ਵਿੱਚ ਪ੍ਰਾਈਜ਼ ਵਗੈਰਾ ਅਸੀਂ ਇਸ ਵਾਸਤੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਨਹੀਂ ਦੱਸਦੇ ਕਿ ਸਾਡੇ ਕੋਲ ਲੈਂਦੇ ਨੇ, ਅਤੇ ਇਸ ਲਈ ਜਿਹੜਾ ਨਾ ਅਸੀਂ ਨਹੀਂ ਦੱਸਾਂਗੇ। ਮਾਸ਼ਾਅੱਲਾ ਬਹੁਤ ਖੂਬਸੂਰਤ ਚੀਜ਼ ਹੈਗੀ ਜੇ, ਬਹੁਤ ਖੂਬਸੂਰਤ ਚੀਜ਼ ਹੈਗੀ ਜੇ। ਅਤੇ ਸ਼ੌਕ ਵਾਸਤੇ ਕੋਈ ਲੈਣਾ ਚਾਹੁੰਦਾ ਹੋਵੇ ਤਾਂ ਜਨਾਬ ਤੁਸੀਂ ਲੈ ਸਕਦੇ ਜੇ। ਅਤੇ ਲਓ ਜਨਾਬ ਇਜਾਜ਼ਤ ਦਿਓ, ਅਤੇ ਇਹ ਤੁਹਾਨੂੰ ਦਿਖਾ ਦਿੱਤਾ, ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਇਹਦਾ ਟੋਰਾ। ਹਾਂਜੀ ਮਾਸ਼ਾਅੱਲਾ ਬਹੁਤ ਹੀ ਨਖਰੇ ਵਾਲਾ ਘੋੜਾ ਹੈਗਾ ਜੇ, ਨਖਰੇਬਾਜ਼ ਘੋੜਾ। ਮਾਸ਼ਾਅੱਲਾ ਜੀ ਬਹੁਤ ਖੂਬਸੂਰਤ ਔਰ ਬੜਾ ਨਖਰੇ ਵਾਲਾ ਘੋੜਾ ਔਰ ਡਾਂਸਰ ਘੋੜਾ। ਲਓ ਜੀ ਮਾਸ਼ਾਅੱਲਾ ਬਹੁਤ ਖੂਬਸੂਰਤ ਘੋੜਾ, ਤੁਹਾਨੂੰ ਚਲਾ ਕੇ ਵੀ ਦਿਖਾ ਦਿੱਤਾ ਹੈ, ਔਰ ਕਿੰਨਾ ਨਖਰੇਬਾਜ਼ ਹੈ ਔਰ ਕਿੰਨਾ ਡਾਂਸਰ ਵੀ ਹੈ, ਡਾਂਸ ਵੀ ਕਰਦਾ ਜਿਹੜਾ ਸਵਾਰੀ ਵੀ ਕਰਾਉਂਦਾ, ਔਰ ਮਾਸ਼ਾਅੱਲਾ ਬਹੁਤ ਖੂਬਸੂਰਤ ਔਰ ਹਾਈਟ ਜਿਹੜੀ ਹੈ ਉਹ ਬਹੁਤ ਕਮਾਲ ਹਾਈਟ ਹੈਗੀ ਜੀ। ਅਤੇ ਥੱਲੋਂ ਜੇ ਅਗਰ ਘੋੜਾ ਤੁਸੀਂ ਦੇਖੋਗੇ ਤਾਂ ਮਾਸ਼ਾਅੱਲਾ ਪੈਰ ਵੀ ਬਿਲਕੁਲ ਜਿਹੜਾ ਬਿਲਕੁਲ ਠੀਕ ਹੈਗੇ ਨੇ, ਹੋਰ ਵੀ ਸੀਕ ਨੇ, ਗਾਮਚੀਆਂ ਵਗੈਰਾ ਵੀ ਠੀਕ ਨੇ। ਅਤੇ ਤੁਹਾਨੂੰ ਅਸੀਂ ਅੱਗੋਂ ਪਿੱਛੋਂ ਵੀ ਜਾਨਵਰ ਮੁਕੰਮਲ ਤੌਰ ਦੇ ਉੱਤੇ ਵਿਖਾ ਦਿੰਦੇ ਹਾਂ, ਤਾਂ ਕਿ ਜਿਹੜੇ ਦੋਸਤ ਕਹਿੰਦੇ ਨੇ ਜੀ ਘੋੜਾ ਤੁਸੀਂ ਸਾਨੂੰ ਪੂਰਾ ਨਹੀਂ ਦਿਖਾਇਆ, ਅਤੇ ਅਸੀਂ ਇਸ ਵੀਡੀਓ ਦੇ ਵਿੱਚ ਜਨਾਬ ਘੋੜਾ ਅਸੀਂ ਤੁਹਾਨੂੰ ਪੂਰਾ ਦਿਖਾ ਦਿੰਦੇ ਹਾਂ।
तो जनाब शौक वास्ते एक घोड़ा हैगा जे फॉर सेल है तो माशाल्लाह जानवर मुकम्मल तौर उत्ते जिहड़े कहिंदे ने उह सारे फॉर सेल ने जिहड़े असीं वीडियो दे विच तुहानूं दिखा रहे हां और एक रेड़े वाला या टांगे वाला नहीं है जानवर ये जनाब हिकमत ने यानी कि सवारी वाला जानवर है शौक वाला डांस वाल प्रोफेसनल डांस डांसर घोड़ा हैगा जे तो असी तुहानू असी दिखाया तो नंबर जरा जी जनाब असी डिस्क्रिप्शन दे विच भी तुहानू असी इंशाल्लाह नंबर दे देंगे देखो दोबारा फिर जी है मुकम्मल तौर के उत्ते जनाब असी घोड़ा तुहानू दिखा दिता चैक करवाता है देखो घोड़ा चलता भी तुहानू मैं दिखा दिंदा हां बस हो गया हो गया।